ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਪ੍ਰਚਾਰ ਕੱਲ ਸ਼ਾਮ 5 ਵਜੇ ਥੰਮ ਗਿਆ ਤੇ ਕੱਲ 15 ਅਕਤੂਬਰ ਨੂੰ ਵੋਟਾਂ ਪੈਣਗੀਆਂ ਸਰਪੰਚੀ ਦੇ ਲਈ 25588 ਉਮੀਦਵਾਰ ਮੈਦਾਨ ਦੇ ਵਿੱਚ ਹਨ ਅਤੇ ਪੰਜਾਬ ਦੇ 13000 ਤੋਂ ਵੱਧ ਪਿੰਡਾਂ ਦੇ ਵਿੱਚ ਪੰਚੀ ਲਈ 80598 ਉਮੀਦਵਾਰ ਮੈਦਾਨ ਦੇ ਵਿੱਚ ਹਨ ਕੱਲ ਚੋਣ ਪ੍ਰਚਾਰ ਦੇ ਆਖਰੀ ਦਿਨ ਉਮੀਦਵਾਰਾਂ ਨੇ ਅੱਡੀ ਚੋਟੀ ਦਾ ਜ਼ੋਰ ਲਾ ਦਿੱਤਾ ਵਿਧਾਇਕਾਂ ਅਤੇ ਵਜ਼ੀਰਾਂ ਨੇ ਵੀ ਪਿੰਡਾਂ ਦੇ ਵਿੱਚ ਉਮੀਦਵਾਰਾਂ ਦੀ ਹਮਾਇਤ ਵਿੱਚ ਰੈਲੀਆਂ ਅਤੇ ਬੈਠਕਾਂ ਕੀਤੀਆਂ ਵੱਡੇ ਪਿੰਡਾਂ ਦੇ ਵਿੱਚ ਵੱਡੇ ਵੱਡੇ ਕਾਫਲੇ ਚੋਣ ਪ੍ਰਚਾਰ ਕਰਦੇ ਦੇਖੇ ਗਏ ਪਿੰਡਾਂ ਦਾ ਮਾਹੌਲ ਐਤਕੀ ਕੁਝ ਵੱਖਰਾ ਹੀ ਦਿਖਿਆ ਹੈ ਕਰ ਕਰ ਜਾ ਕੇ ਵੋਟਾਂ ਮੰਗਣ ਦਾ ਤਰੀਕਾ ਵੀ ਐਤਕੀ ਬਦਲਿਆ ਦਿਖਿਆ ਆਮ ਤੌਰ ਤੇ ਸਰਪੰਚੀ ਦੀਆਂ ਚੋਣਾਂ ਵੇਲੇ ਪਿੰਡਾਂ ਦੇ ਵਿੱਚ ਲਾਊਡ ਸਪੀਕਰਾਂ ਦੀ ਵਰਤੋਂ ਘੱਟ ਹੀ ਦੇਖੀ ਗਈ ਹੈ ਪਰ ਐਤਕੀ ਲਾਊਡ ਸਪੀਕਰ ਲਾ ਕੇ ਗੱਡੀਆਂ ਰਾਹੀਂ ਪ੍ਰਚਾਰ ਵੀ ਕੀਤਾ ਗਿਆ ਮੂਰੇ ਲਾਊਡ ਸਪੀਕਰ ਤੇ ਗੱਡੀ ਤੇ ਪਿੱਛੇ-ਪਿੱਛੇ ਲੋਕਾਂ ਦਾ ਕਾਫਲਾ ਪੈਦਲ ਤੁਰ ਕੇ ਪੂਰੇ ਪਿੰਡ ਦੇ ਵਿੱਚ ਪ੍ਰਚਾਰ ਕਰਦਾ ਦੇਖਿਆ ਗਿਆ ਮਾਨਸਾ ਦੇ ਪਿੰਡ ਨੰਗਲ ਕਲਾਂ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਹਾਂ ਆਬਾਦੀ ਪੱਖੋਂ ਇੱਕ ਕਾਫੀ ਵੱਡਾ ਪਿੰਡ ਹੈ ਤੇ ਸਰਪੰਚੀ ਦੇ ਇੱਕ ਉਮੀਦਵਾਰ ਦੇ ਹੱਕ ਦੇ ਵਿੱਚ ਜਿੰਨਾ ਵੱਡਾ ਕਾਫਲਾ ਤੁਸੀਂ ਇੱਥੇ ਦੇਖ ਰਹੇ ਹੋ ਉਹਨਾਂ ਸ਼ਾਇਦ ਵਿਧਾਨ ਸਭਾ ਜਾਂ ਲੋਕ ਸਭਾ ਚੋਣਾਂ ਦੇ ਵੇਲੇ ਹੀ ਦਿਖਦਾ ਹੁੰਦਾ ਹੈ ਹੁਣ ਚੋਣ ਪ੍ਰਚਾਰ ਸਮਾਪਤ ਹੋਣ ਤੋਂ ਬਾਅਦ ਉਮੀਦਵਾਰ ਪ੍ਰਚਾਰਤਾ ਕਰ ਸਕਦੇ ਨੇ ਪਰ ਨਾ ਹੀ ਤਾਂ ਕੋਈ ਚੋਣ ਰੈਲੀ ਹੋ ਸਕਦੀ ਹੈ ਨਾ ਮੀਟਿੰਗ ਹੋ ਸਕਦੀ ਹੈ ਨਾ ਹੀ ਕੋਈ ਨੁੱਕੜ ਮੀਟਿੰਗ ਹੋ ਸਕਦੀ ਹੈ ਘਰ-ਘਰ ਜਾ ਕੇ ਉਮੀਦਵਾਰ ਲੋਕਾਂ ਤੋਂ ਵੋਟਾਂ ਮੰਗ ਸਕਦੇ ਨੇ ਪਰ ਆਪਣੇ ਨਾਲ 4 ਜਣਿਆਂ ਤੋਂ ਵੱਧ ਨਹੀਂ ਲਿਜਾ ਸਕਦੇ ਤੇ ਜਦੋਂ ਸਰਪੰਚੀ ਦੀਆਂ ਚੋਣਾਂ ਦੇ ਵਿੱਚ ਚੋਣ ਪ੍ਰਚਾਰ ਸਮਾਪਤ ਹੋ ਜਾਂਦਾ ਹੈ ਉਸ ਤੋਂ ਬਾਅਦ ਵਾਲਾ ਸਮਾਂ ਉਸ ਤੋਂ ਬਾਅਦ ਵਾਲੇ ਜਿਹੜੇ ਘੰਟੇ ਹੁੰਦੇ ਨੇ ਉਹ ਕਾਫੀ ਨਾਜ਼ੁਕ ਮੰਨੇ ਜਾਂਦੇ ਨੇ ਕਿਉਂਕਿ ਇਹ ਸਿਰਫ ਇੱਕ ਪਿੰਡ ਦੀ ਚੋਣ ਹੁੰਦੀ ਹੈ ਇੱਕ ਪਿੰਡ ਦੀ ਸਰਕਾਰ ਚੁਣੀ ਜਾਂਦੀ ਹੈ ਉਮੀਦਵਾਰ ਵੀ ਉਸੇ ਪਿੰਡ ਦੇ ਵਿੱਚ ਹੁੰਦੇ ਨੇ ਤੇ ਵੋਟਰ ਵੀ ਉਸੇ ਪਿੰਡ ਦੇ ਹੁੰਦੇ ਨੇ ਇਸ ਦਰਮਿਆਨ ਚੋਣ ਲੜ ਰਹੀਆਂ ਸਾਰੀਆਂ ਧਿਰਾਂ ਦੇ ਵਿੱਚ ਟਕਰਾਅ ਦਾ ਕਾਫੀ ਖਦਸ਼ਾ ਬਣਿਆ ਰਹਿੰਦਾ ਤੇ ਕਈ ਥਾਵਾਂ ਤੇ ਤਾਂ ਛੋਟੀ ਮੋਟੀ ਹਿੰਸਾ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਨੇ ਸੋ ਕੱਲ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਨੂੰ 4 ਵਜੇ ਤੱਕ ਵੋਟਾਂ ਪੈਣਗੀਆਂ ਤੇ ਕੱਲ ਨੂੰ ਹੀ ਵੋਟਾਂ ਦੇ ਨਤੀਜੇ ਆ ਜਾਣਗੇ ਪੰਜਾਬ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਮੁਤਾਬਕ ਨਤੀਜਿਆਂ ਮੌਕੇ ਯਾਨੀ ਕਿ ਵੋਟਾਂ ਦੀ ਗਿਣਤੀ ਦੇ ਮੌਕੇ ਹਰ ਪਿੰਡ ਦੇ ਵਿੱਚ ਵੀਡੀਓਗ੍ਰਾਫੀ ਕਰਵਾਈ ਜਾਵੇਗੀ ਇਸ ਦੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਲਈ ਗਈ ਹੈ ਚੋਣ ਕਮਿਸ਼ਨ ਦੇ ਵੱਲੋਂ ਵੋਟਾਂ ਪਾਉਣ ਲਈ ਸਾਰੇ ਪ੍ਰਬੰਧ ਮੁਕੰਮਲ ਕਰਨ ਦਾ ਦਾਵਾ ਕੀਤਾ ਗਿਆ ਹੈ 1001 ਬੂਥਾਂ ਨੂੰ ਅਤ ਸੰਵੇਦਨਸ਼ੀਲ ਐਲਾਨਿਆ ਗਿਆ ਤੇ ਸਭ ਤੋਂ ਵੱਧ ਬੂਥ ਜਿਹੜੇ ਸੰਵੇਦਨਸ਼ੀਲ ਨੇ ਉਹ 179 ਅੰਮ੍ਰਿਤਸਰ ਦੇ ਵਿੱਚ ਹਨ ਸੂਬੇ ਚ ਪੰਚਾਇਤੀ ਚੋਣਾਂ ਲਈ 1 ਕਰੋੜ 33 ਲੱਖ 97 ਹਜ਼ਾਰ 922 ਰਜਿਸਟਰਡ ਵੋਟਰ ਹਨ ਤੇ ਇਹਨਾਂ ਵੋਟਰਾਂ ਦੇ ਵਿੱਚੋਂ ਕਿੰਨੇ ਲੋਕ ਵੋਟਾਂ ਪਾਉਣਗੇ ਇਹ ਹੁਣ ਕੱਲ VOTING ਤੋਂ ਬਾਅਦ ਹੀ ਪਤਾ ਲੱਗੇਗਾ ਵੋਟਾਂ ਬੈਲਟ ਪੇਪਰ ਰਾਹੀਂ ਪੈਣਗੀਆਂ ਸਰਪੰਚੀ ਲਈ ਗੁਲਾਬੀ ਰੰਗ ਤੇ ਪੰਚੀ ਲਈ ਸਫੈਦ ਰੰਗ ਦਾ ਬੈਲਟ ਪੇਪਰ ਤਿਆਰ ਕੀਤਾ ਗਿਆ ਹੈ 19110 ਪੋਲਿੰਗ ਬੂਥ ਬਣਾਏ ਗਏ ਨੇ ਸੂਬੇ ਦੇ ਵਿੱਚ 23 ਆਬਜ਼ਰਵਰਾਂ ਦੀ ਤਨਤੀ ਕੀਤੀ ਗਈ ਹੈ ਪੁਲਿਸ ਨੇ ਸਾਰੇ ਸੁਰੱਖਿਆ ਇੰਤਜ਼ਾਮ ਕਰ ਲਏ ਨੇ ਸੋ ਉਮੀਦਵਾਰਾਂ ਵੋਟਰਾਂ ਸਮੇਤ ਪ੍ਰਸ਼ਾਸਨ ਵੀ ਪੱਬਾਂ ਪਾਰ ਹੈ ਚੋਣ ਅਮਲਾ ਵੀ ਪੰਜਾਬ ਦੇ ਸਾਰੇ ਪਿੰਡਾਂ ਦੇ ਵਿੱਚ ਅੱਜ ਸ਼ਾਮ ਤੱਕ ਪਹੁੰਚ ਜਾਵੇਗਾ ਗਵਰਨਮੈਂਟ ਟੀਚਰਸ ਯੂਨੀਅਨ ਪੰਜਾਬ ਦੀ ਵਰਚੁਅਲ ਮੀਟਿੰਗ ਹੋਈ ਹੈ ਕੱਲ ਜਿਸ ਦੇ ਵਿੱਚ ਸੂਬਾ ਪ੍ਰਧਾਨ ਨਾਪ੍ਰੀਤ ਸਿੰਘ ਬੱਲੀ ਦੀ ਪ੍ਰਧਾਨਗੀ ਹੇਠ ਕੱਲ ਨੂੰ ਹੋ ਰਹੀਆਂ ಗ್ರಾಮ ਪੰਚਾਇਤ ਚੋਣਾਂ ਵਿੱਚ ਤਨਖਾਹ ਮੁਲਾਜ਼ਮਾਂ ਤੇ ਅਧਿਆਪਕਾਂ ਦੀਆਂ ਮੰਗਾਂ ਬਾਰੇ ਚਰਚਾ ਕੀਤੀ ਗਈ ਚੋਣ ਕਮਿਸ਼ਨ ਤੋਂ ਇਹਨਾਂ ਨੇ ਮੰਗ ਕੀਤੀ ਹੈ ਕਿ ਸਾਰੇ ਸਟਾਫ ਦੀ ਸੁਰੱਖਿਆ ਦੇ ਪੂਖਤਾ ਪ੍ਰਬੰਧ ਕੀਤੇ ਜਾਣ ਅਧਿਆਪਕਾਂ ਦੇ ਰਹਿਣ ਤੇ ਖਾਣੇ ਦਾ ਯੋਗ ਪ੍ਰਬੰਧ ਯਕੀਨੀ ਬਣਾਇਆ ਜਾਵੇ ਡਿਊਟੀ ਦੇਣ ਵਾਲੇ ਸਾਰੇ ਮੁਲਾਜ਼ਮਾਂ ਦਾ 14 ਤੇ 15 ਅਕਤੂਬਰ ਦਾ 50 ਲੱਖ ਰੁਪਏ ਦਾ ਸਿਹਤ ਬੀਮਾ ਕੀਤਾ ਜਾਵੇ ਇਹਨਾਂ ਕਿਹਾ ਕਿ ਪੰਚਾਇਤੀ ਚੋਣਾਂ ਦੇ ਵਿੱਚ ਕੰਮ ਬਹੁਤ ਜ਼ਿਆਦਾ ਹੁੰਦਾ ਹੈ ਤੇ ਸੰਵੇਦਨਸ਼ੀਲ ਵੀ ਹੁੰਦਾ ਹੈ ਇੱਕ ਪਿੰਡ ਦੇ ਵਿੱਚ ਕਈ-ਕਈ ਵਾਰਡ ਹੁੰਦੇ ਨੇ ਇਸ ਕਰਕੇ ਹਰੇਕ ਪੋਲਿੰਗ ਪਾਰਟੀ ਪੰਜ ਮੈਂਬਰਾਂ ਦੀ ਬਣਾਈ ਜਾਵੇ ਗਿਣਤੀ ਸਮੇਂ ਪੋਲਿੰਗ ਬੂਥਾਂ ਦੇ ਅੰਦਰ ਤੇ ਬਾਹਰ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਜਾਣ ਵੈਬ ਕਾਸਟਿੰਗ ਰਾਹੀਂ ਸੀਸੀਟੀਵੀ ਕੈਮਰਾ ਰਿਕਾਰਡਿੰਗ ਜ਼ਰੂਰ ਕਰਵਾਈ ਜਾਵੇ ਇਹ ਮੰਗ ਹੈ ਜਿਹੜੀ ਡਿਊਟੀ ਵਾਲੇ ਅਧਿਆਪਕਾਂ ਦੇ ਲਈ ਕੀਤੀ ਗਈ ਹੈ ਤੇ ਜੇ ਪਿੰਡਾਂ ਦੇ ਮਾਹੌਲ ਦੀ ਗੱਲ ਕਰ ਲਈਏ ਸੱਚੀ ਸੱਚੀ ਤਾਂ ਇਸ ਵਕਤ ਵਿਆਹ ਵਰਗਾ ਮਾਹੌਲ ਪਿੰਡਾਂ ਦੇ ਵਿੱਚ ਬਣਿਆ ਹੋਇਆ ਹੈ ਉਮੀਦਵਾਰਾਂ ਦੇ ਘਰਾਂ ਦੇ ਵਿੱਚ ਕਈ ਦਿਨਾਂ ਤੋਂ ਪਕੌੜੇ ਤਲ ਰਹੇ ਨੇ ਤੇ ਕਈ ਕਈ ਥਾਵਾਂ ਤੇ ਤਾਂ ਇਹ ਹੁੰਦਾ ਹੈ ਕਿ ਜੋਨ ਪ੍ਰਚਾਰ ਦੇ ਜਿਹੜੇ ਸਿਖਰਲੇ ਦਿਨ ਹੁੰਦੇ ਨੇ ਅਖੀਰਲੇ ਦਿਨ ਹੁੰਦੇ ਨੇ ਉਹਨਾਂ ਦੇ ਵਿੱਚ ਪੂਰੇ ਪਿੰਡ ਦੀ ਰੋਟੀ ਵੀ ਉਮੀਦਵਾਰਾਂ ਦੇ ਘਰੇ ਤਿਆਰ ਹੁੰਦੀ ਹੈ ਬੀਬੀਆਂ ਦੇ ਲਈ ਠੰਡਿਆਂ ਦੀ ਹੋਮ ਡਿਲੀਵਰੀ ਹੁੰਦੀ ਹੈ ਫਾਸਟ ਫੂਡ ਦੀਆਂ ਰੇੜੀਆਂ ਉਮੀਦਵਾਰਾਂ ਦੇ ਵੱਲੋਂ ਲਾਈਆਂ ਜਾਂਦੀਆਂ ਨੇ ਚੋਣ ਕਮਿਸ਼ਨ ਦੀਆਂ ਭਾਵੇਂ ਐਤਕੀ ਹਦਾਇਤਾਂ ਨੇ ਕਿ ਸਰਪੰਚੀ ਦੇ ਉਮੀਦਵਾਰ 40000 ਅਤੇ ਪੰਚੀ ਦੇ 30000 ਤੋਂ ਵੱਧ ਖਰਚਾ ਨਹੀਂ ਕਰ ਸਕਦੇ ਪਰ ਇਹ ਖਰਚੇ ਲੱਖਾਂ ਤੱਕ ਹੁੰਦੇ ਨੇ ਸ਼ਰਾਬ ਜਾਂ ਕਿਸੇ ਵੀ ਪ੍ਰਕਾਰ ਦੇ ਨਸ਼ੇ ਨੂੰ ਵਰਤਉਣ ਤੇ ਪੂਰੀ ਰੋਕ ਹੁੰਦੀ ਹੈ ਪਰ ਪਿੰਡਾਂ ਦੇ ਵਿੱਚ ਸ਼ਰਾਬ ਇਹਨਾਂ ਦਿਨਾਂ ਦੇ ਵਿੱਚ ਖੁੱਲੀ ਚੱਲਦੀ ਹੈ ਲੈਗ ਤੇ ਪੈਗ ਇਸ ਦੀ ਮौज ਜਿਹੜੇ ਮौजੀਆਂ ਨੇ ਕਰਨੀ ਹੁੰਦੀ ਹੈ ਉਹਨਾਂ ਨੂੰ ਪੂਰੀ ਖੁੱਲ੍ਹ ਦਿੱਤੀ ਜਾਂਦੀ ਹੈ ਉਮੀਦਵਾਰਾਂ ਦੇ ਵੱਲੋਂ ਟਰਾਲੀਆਂ ਦੇ ਵਿੱਚ ਭਰ-ਭਰ ਕੇ ਲੋਕਾਂ ਦੇ ਘਰਾਂ ਤੱਕ ਸਾਮਾਨ ਵੀ ਪਹੁੰਚਾਇਆ ਜਾਂਦਾ ਹੈ ਫਲਾਂ ਦੀ ਹੋਮ ਡਿਲੀਵਰੀ ਦਿੱਤੀ ਜਾਂਦੀ ਹੈ ਤੇ ਇਹ ਮਾਹੌਲ ਤਕਰੀਬਨ ਹਰੇਕ ਪਿੰਡ ਦੇ ਵਿੱਚ ਦਿਖਾਈ ਦੇ ਰਿਹਾ ਹੈ ਬੱਚਿਆਂ ਤੇ ਨੌਜਵਾਨਾਂ ਨੂੰ ਫਾਸਟ ਫੂਡ ਦੀਆਂ ਰੇੜੀਆਂ ਤੋਂ ਮੁਫਤ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਪਕਵਾਨ ਨੇ ਜਿਹੜੇ ਉਹ ਸ਼ਿਕਾਇਤੇ ਜਾ ਰਹੇ ਨੇ ਕਪੂਰਥਲਾ ਦੇ ਪਿੰਡ ਖਸਣ ਦੇ ਵਿੱਚ ਤਾਂ ਕਹਿੰਦੇ ਸਰਪੰਚੀ ਦਾ ਉਮੀਦਵਾਰ ਪਿੰਡ ਦੇ ਵਿੱਚ ਨਿੱਤ ਫਾਸਟ ਫੂਡ ਦੀ ਰੇੜੀ ਲਵਾ ਲਿਆ ਲਵਾ ਰਿਹਾ ਹੈ ਹਰੇਕ ਨਿਆਣੇ ਸਿਆਣੇ ਦੀ ਟਹਿਲ ਸੇਵਾ ਦਾ ਪੂਰਾ ਪ੍ਰਬੰਧ ਕੀਤਾ ਹੈ ਬੀਬੀਆਂ ਦੇ ਲਈ ਆਲੂ ਟਿੱਕੀ ਤੇ ਛੋਲੇ ਭਟੂਰਿਆਂ ਦਾ ਖਾਸ ਪ੍ਰਬੰਧ ਹੈ ਤੇ ਕਈ ਕਈ ਪਿੰਡਾਂ ਦੇ ਵਿੱਚੋਂ ਤਾਂ ਇਹ ਸੁਣਨ ਨੂੰ ਮਿਲਿਆ ਹੈ ਕਿ ਇਹ じゃ ਜਿਹੜਾ ਮਾਹੌਲ ਹੈ ਉਹ ਪਹਿਲਾਂ ਕਦੇ ਨਹੀਂ ਦੇਖਿਆ ਪਹਿਲਾਂ ਛੋਟੇ ਪੱਦਰ ਤੇ ਹੁੰਦਾ ਸੀ ਪਰ ਐਤਕੀ ਵੱਡੇ ਪੱਦਰ ਤੇ ਲੋਕਾਂ ਦੀ ਟਹਿਲ ਸੇਵਾ ਕੀਤੀ ਜਾ ਰਹੀ ਹੈ ਪੰਜਾਬ ਦੇ ਸਾਬਕਾ ਪੰਚਾਇਤ ਮੰਤਰੀ ਤੇ ਕਾਂਗਰਸੀ ਲੀਡਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਦਾਵਾ ਕੀਤਾ ਕਿ ਇਨ੍ਹਾਂ ਚੋਣਾਂ ਦੇ ਵਿੱਚ ਸ਼ਰਾਬ ਹੀ ਨਿ ਵਰਤਾਈ ਜਾ ਰਹੀ ਬਲਕਿ ਪੁਲਿਸ ਦੀ ਦੁਰਵਰਤੋਂ ਵੀ ਸਿੱਖਰਾਂ ਤੇ ਚੱਲ ਰਹੀ ਹੈ ਵਿਰੋਧੀ ਸਮਰਥਕਾਂ ਨੂੰ ਪੁਲਿਸ ਘਰਾਂ ਦੇ ਵਿੱਚੋਂ ਚੁੱਕ ਰਹੀ ਹੈ ਤੇ ਕਿਤੇ ਕੋਈ ਸੁਣਵਾਈ ਨਹੀਂ ਹੋ ਰਹੀ ਜਦਕਿ ਪੰਜਾਬ ਦੇ ਚੋਣ ਕਮਿਸ਼ਨਰ ਰਾਜਕਮਲ ਚੌਧਰੀ ਨੇ ਕਿਹਾ ਕਿ ਚੋਣ ਜਾਬਤੇ ਦੀ ਉਲੰਘਣਾ ਬਾਰੇ ਸ਼ਿਕਾਇਤਾਂ ਜ਼ਿਲ੍ਹਾ ਚੋਣ ਅਫਸਰਾਂ ਦੇ ਕੋਲ ਆਉਂਦੀਆਂ ਨੇ ਤੇ ਉਹਨਾਂ ਵੱਲੋਂ ਹੀ ਨਿਵੇੜਾ ਕੀਤਾ ਜਾਂਦਾ ਹੈ ਆਦਰਸ਼ ਚੋਣ ਜਾਬਤੇ ਦੌਰਾਨ ਕੋਈ ਵੀ ਉਮੀਦਵਾਰ ਕਿਸੇ ਤਰ੍ਹਾਂ ਦਾ ਵੰਡਵੰਡਾਰਾ ਕਰਕੇ ਵੋਟਰਾਂ ਨੂੰ ਪ੍ਰਭਾ ਨਹੀਂ ਸਕਦਾ ਪਰ ਪਿੰਡਾਂ ਦੇ ਵਿੱਚ ਹਕੀਕਤ ਕੀ ਚੱਲ ਰਹੀ ਹੈ ਇਹ ਪਿੰਡਾਂ ਵਾਲੇ ਜਾਣਦੇ ਨੇ ਪੰਚਾਇਤੀ ਚੋਣਾਂ ਨੂੰ ਲੈ ਕੇ ਜਿੰਨੀਆਂ ਵੀ ਪਟੀਸ਼ਨਾਂ ਹਾਈ ਕੋਰਟ ਦੇ ਵਿੱਚ ਪਹੁੰਚੀਆਂ ਨੇ ਉਹਨਾਂ ਤੇ ਅੱਜ ਸੁਣਵਾਈ ਵੀ ਹੋਵੇਗੀ ਸੀਨੀਅਰ ਐਡੀਸ਼ਨਲ ਐਡਵੋਕੇਟ ਜਨਰਲ ਜਗਦੇਵ ਸਿੰਘ ਪੰਧੋਹਲ ਦਾ ਕਹਿਣਾ ਹੈ ਕਿ ਵਿਰੋਧੀ ਧਿਰਾਂ ਵੱਲੋਂ ਮੁਫਤ ਕਾਨੂੰਨੀ ਸੇਵਾਵਾਂ ਦੀ ਪੇਸ਼ਕਸ਼ ਪਟੀਸ਼ਨਾਂ ਚ ਗਿਣਤੀ ਪਟੀਸ਼ਨਾਂ ਦੀ ਗਿਣਤੀ ਵਾਧੇ ਦਾ ਮੁੱਖ ਕਾਰਨ ਬਣੀ ਹੈ ਜਦਕਿ ਬਹੁਤੀਆਂ ਪਟੀਸ਼ਨਾਂ ਕਹਿੰਦੇ ਬਿਨਾਂ ਕਿਸੇ ਸਿਰ ਪੈਰੋਂ ਦਾਇਰ ਕੀਤੀਆਂ ਗਈਆਂ ਨੇ ਪੰਜਾਬ ਰੈਣਾ ਹਾਈ ਕੋਰਟ ਵਿੱਚ ਹੁਣ ਤੱਕ 700 ਪਟੀਸ਼ਨਾਂ ਪਹੁੰਚ ਚੁੱਕੀਆਂ ਨੇ ਜਿਨ੍ਹਾਂ ਦੇ ذریعے ਚੋਣਾ ਨੂੰ ਚੈਲੰਜ ਕੀਤਾ ਗਿਆ ਹੈ 250 ਪੰਚਾਇਤਾਂ ਦੀ ਚੋਣ ਤੇ ਅਦਾਲਤ ਰੋਕ ਲਾ ਚੁੱਕੀ ਹੈ 20 ਪੰਚਾਇਤਾਂ ਦੀ ਚੋਣ ਤੇ ਚੋਣ ਕਮਿਸ਼ਨ ਰੋਕ ਲਾ ਚੁੱਕਿਆ ਤੇ ਹੁਣ ਬਾਕੀ ਰਹਿੰਦੀਆਂ ਪਟੀਸ਼ਨਾਂ ਤੇ ਅੱਜ ਅਦਾਲਤ ਵੱਲੋਂ ਸੁਣਵਾਈ ਦੌਰਾਨ ਕੀ ਫੈਸਲਾ ਦਿੱਤਾ ਜਾਊਗਾ ਇਸ ਤੇ ਸਾਡੀ ਨਜ਼ਰ ਰਹੇਗੀ ਉਤਰ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕੱਲ ਪਟਿਆਲਾ ਰੇਂਜ ਦੇ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ ਕਰਕੇ ਸਪਸ਼ਟ ਕੀਤਾ ਕਿ ਛੋਟੇ ਮੋਟੇ ਅਪਰਾਧਾਂ ਤੇ ਨਸ਼ਾ ਤਸਕਰਾਂ ਦੇ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇ ਇਸ ਵਕਤ ਕਹਿੰਦੇ ਸਾਡਾ ਉਦੇਸ਼ ਪੰਚਾਇਤੀ ਚੋਣਾਂ ਨੂੰ ਸ਼ਾਂਤੀਪੂਰਵਕ ਕਰਵਾਉਣਾ ਹੈ ਇਲਾਕੇ ਦੇ ਵਿੱਚ ਨਾਕਾਬੰਦੀ ਹੋਣੀ ਚਾਹੀਦੀ ਹੈ ਪੁਲਿਸ ਦੀ ਮੌਜੂਦਗੀ ਦਿਖਾਈ ਦੇਣੀ ਚਾਹੀਦੀ ਹੈ ਜੇ ਕਿਸੇ ਥਾਂ ਤੇ ਕੋਈ ਲੜਾਈ ਝਗੜਾ ਹੁੰਦਾ ਤਾਂ ਪੁਲਿਸ ਤੁਰੰਤ ਪਹੁੰਚੇ ਤੇ ਮਸਲੇ ਨੂੰ ਨਿਵੇੜੇ ਇਹਨਾਂ ਸਾਰੇ ਕੰਮਾਂ ਲਈ ਪੁਲਿਸ ਰਿਜ਼ਰਵ ਰੱਖੀ ਜਾਵੇਗੀ ਚੋਣਾਂ ਦੀ ਵਿਉਂਤਬੰਦੀ ਪੁਲਿਸ ਦੇ ਵੱਲੋਂ ਕੀਤੀ ਗਈ ਹੈ ਐਸ ਐਚਓ ਡੀਐਸਪੀ ਤੇ ਐਸਐਸਪੀ ਦੀ ਜ਼ਿੰਮੇਵਾਰੀ ਤੈਅ ਹੋਵੇਗੀ ਸੋ ਪੁਲਿਸ ਪੂਰੀ ਮੁਸਤੈਦੀ ਦੇ ਨਾਲ ਮਾਹੌਲ ਨੂੰ ਸ਼ਾਂਤੀਪੂਰਨ ਬਣਾ ਕੇ ਰੱਖਣ ਲਈ ਪੱਬਾ ਪਾਰ ਹੋ ਗਈ ਹੈ ਅਸੀਂ ਵੀ ਸਾਰੇ ਲੋਕਾਂ ਨੂੰ ਪੰਜਾਬ ਦੇ ਪਿੰਡਾਂ ਦੇ ਸਾਰੇ ਵੋਟਰਾਂ ਨੂੰ ਅਪੀਲ ਕਰਦੇ ਹਾਂ ਕਿ ਮਾਹੌਲ ਸ਼ਾਂਤ ਰੱਖਿਆ ਜਾਵੇ